ਪੰਜਾਬੀ ਲਹਿਰ ਟੀਮ ਅੱਜ ਸਿੱਖ ਕੌਮ ਵਾਸਤੇ, ਪੰਜਾਬੀਆਂ ਵਾਸਤੇ ਇੱਕ ਨਵੀਂ ਕਹਾਣੀ ਲੈ ਕੇ ਆਈ ਆ ਕਿ ਸਾਡੇ ਕੈਲੀਫੋਰਨੀਆ ਵਿੱਚ ਡਾਕਟਰ ਕਪਾਨੀ, ਜਿਨ੍ਹਾਂ ਨੇ ਫਾਈਬਰ ਆਪਟਿਕ ਕੇਬਲ ਬਾਰੇ ਬਹੁਤ ਦੇਣ ਆ, ਉਹਨਾਂ ਨੇ ਡਿਸਕਵਰ ਕੀਤੀ, ਉਹਨਾਂ ਦੀ ਇੱਕ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਆ। ਉਹ ਸਿੱਖ ਆਰਟ ਦੇ ਬਹੁਤ ਸ਼ੌਕੀ ਹੈ ਉਹਨਾਂ ਕੋਲ, ਮੇਰਾ ਖਿਆਲ ਹੈ ਡਾਕਟਰ ਸਾਹਿਬ ਕੋਲ ਆਪਣੇ ਵੀ ਘਰ ਕਈ ਮਿਲੀਅਨ ਦੀਆਂ ਸਿੱਖ ਹਿਸਟਰੀ ਦੀਆਂ ਆਪਣੇ ਪੇਂਟਿੰਗ ਆ ਅਤੇ ਹੋਰ ਬਹੁਤ ਕੁਝ ਸਮਾਨ ਆ, ਉਹਨਾਂ ਨੂੰ ਬੜਾ ਸ਼ੌਕ ਆ। ਉਹਨਾਂ ਦੀ ਇੱਕ ਬਹੁਤ ਵੱਡੀ ਖਾਹਿਸ਼ ਹੈ ਵੀ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਪੁਰਾਣੇ ਕਿਲੇ ਆ ਉਹਨਾਂ ਨੂੰ ਡਿਸਟਰੋਏ ਨਾ ਕੀਤਾ ਜਾਵੇ, ਉਹਨੂੰ ਪ੍ਰਿਜ਼ਰਵ ਕੀਤਾ ਜਾਵੇ। ਉਹ ਅੱਜ ਭੈਣ ਜੀ ਸੋਨੀਆ ਸਾਡੇ ਨਾਲ ਬੈਠੇ ਆ, ਇਹ ਇਹਨਾਂ ਦਾ ਸਾਰਾ ਦੇਖਭਾਲ ਕਰਦੇ ਆ, ਸਾਰਾ ਉਹਨਾਂ ਦਾ ਪ੍ਰੋਗਰਾਮ ਜੋ ਅਰੇਂਜ ਇਹਨਾਂ ਨੇ ਕੀਤਾ ਆ। ਇਹਨਾਂ ਨਾਲ ਗੱਲਬਾਤ ਕਰੀਏ ਵੀ ਡਾਕਟਰ ਸਾਹਿਬ ਦਾ ਕੀ ਏਮ ਹੈ, ਇਹਨਾਂ ਨੂੰ ਪੁੱਛੀਏ, ਮੈਂ ਤਾਂ ਜਿੰਨਾ ਕੁ ਸੀਗਾ ਦੱਸ ਚੁੱਕਾਂ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਪਹਿਲਾਂ ਆਪਣਾ ਪੂਰਾ ਨਾਮ ਦੱਸੋ ਸੋਚਿਆਂ ਨੂੰ ਜੀ। ਮੇਰਾ ਨਾਮ ਹੈ ਸੋਨੀਆ ਧਾਮੀ, ਮੈਂ ਸਿੱਖ ਫਾਊਂਡੇਸ਼ਨ ਦੇ ਵਿੱਚ ਐਗਜ਼ੀਕਿਊਟਿਵ ਡਾਇਰੈਕਟਰ ਦੀ ਸੇਵਾ ਕਰਦੀ ਹਾਂ। ਮੌਕਾ 11 ਸਾਲ ਹੋ ਗਿਆ ਉਹਨਾਂ ਦੇ ਨਾਲ ਸਿੱਖ ਫਾਊਂਡੇਸ਼ਨ ਦੇ ਡਾਕਟਰ ਕਪਾਨੀ ਦੇ ਨਾਲ ਕੰਮ ਕਰਦੀ। ਵੈਰੀ ਨਾਈਸ ਜੀ। ਅੱਜ ਤੁਸੀਂ ਜਿਹੜਾ ਇੱਥੇ ਅੱਜ ਆਪਣੇ ਮਿਊਜ਼ੀਅਮ ਵਿੱਚ ਸਾਰੀਆਂ ਪਿਕਚਰਾਂ ਲਾਈਆਂ, ਆਰਟਸ ਦੀਆਂ ਸਾਰੇ, ਇੰਨੀ ਗੈਦਰਿੰਗ ਹੋਈ ਆ, ਬੜੀ ਮਨ ਨੂੰ ਖੁਸ਼ੀ ਹੋਈ ਆ। ਅਤੇ ਇਹ ਵੀ ਇੱਕ ਡਾਕਟਰ ਸਾਹਿਬ ਜਦੋਂ ਅੰਦਰ ਬੜੇ, ਉਹਨਾਂ ਕਿਹਾ ਵੀ ਦੇਖੋ ਵੀ ਇਹਨਾਂ ਕਾਫੀ ਰੌਣਕ ਲਾਤੀ ਅੱਜ। ਹਾਂਜੀ, ਬੜੀ ਖੁਸ਼ੀ ਹੋਈ ਹੈ, ਮਤਲਬ ਵੀ ਸਿੱਖਾਂ ਨੂੰ ਵੀ ਇੰਟਰਸਟ ਹੈਗਾ, ਉਹ ਸਿੱਖ ਆਰਟਸ ਦੇਖਣ ਆਉਂਦੇ ਆ। ਅਤੇ ਤੁਹਾਡੀ ਬੜੀ ਮਿਹਨਤ ਆ ਜਿਹਦੇ ਨਾਲ ਮਤਲਬ ਵੀ ਇੰਨੀ ਰੌਣਕ ਹੋਈ ਆ। ਅਤੇ ਡਾਕਟਰ ਸਾਹਿਬ ਆਏ, ਅਸੀਂ ਮਿਸ ਕਰ ਗਏ ਹਾਂ। ਹਾਂਜੀ, ਅਤੇ ਮੈਂ ਪਹਿਲਾਂ ਆਉਣ ਦੀ ਕੋਸ਼ਿਸ਼ ਕੀਤੀ, ਮਜਬੂਰੀਆਂ ਕਾਰਨ ਨਹੀਂ ਆ ਸਕਿਆ, ਹੋ ਸਕਦਾ ਡਾਕਟਰ ਸਾਹਿਬ ਨੂੰ ਜਲਦੀ ਮਿਲੀਏ। ਹਾਂਜੀ, ਡਾਕਟਰ ਸਾਹਿਬ ਬਾਰੇ ਚਾਨਣਾ ਪਾਓ, ਡਾਕਟਰ ਸਾਹਿਬ ਦਾ ਕੀ ਸ਼ੌਂਕ ਹੈ ਉਹਨਾਂ ਦੇ, ਮਤਲਬ ਵੀ ਉਹਨਾਂ ਵਾਸਤੇ ਮੈਂ ਏਜ ਬੜੀ ਕਾਫੀ ਹੋ ਚੁੱਕੀ ਆ, ਸਰੀਰ ਠੀਕ ਨਹੀਂ, ਤੁਸੀਂ ਦੱਸੋ ਨਾ। ਡਾਕਟਰ ਕਪਾਨੀ ਪੋਪੂਲਰਲੀ ਉਹਨਾਂ ਨੂੰ ਜੇ ਲੋਕ ਜਾਣਦੇ ਨੇ, ਉਹ ਐਸ ਫਾਦਰ ਆਫ ਫਾਈਬਰ ਆਪਟਿਕਸ ਜਾਣਦੇ ਨੇ। ਉਹਨਾਂ ਨੇ 1960s ਦੇ ਵਿੱਚ ਜਿਹੜੀ ਪਾਇਨੀਅਰਿੰਗ ਰਿਸਰਚ ਹੈਗੀ ਆ ਫਾਈਬਰ ਆਪਟਿਕਸ ਦੀ, ਉਹ ਉਹਨਾਂ ਨੇ ਕੀਤੀ ਜਦੋਂ PhD ਕਰ ਰਹੇ ਸੀ ਇੰਗਲੈਂਡ ਦੇ ਵਿੱਚ। ਅਤੇ ਉਸ ਰਿਸਰਚ ਦੇ ਬਦੌਲਤ ਹੀ ਅੱਜ ਦੀ ਜਿਹੜੀ ਆਪਣੀ ਇੰਟਰ ਫਾਈਬਰ ਕਨੈਕਟਡ ਪੂਰਾ ਵਰਲਡ ਹੈ, ਗਲੋਬਲੀ ਕਨੈਕਟਡ ਹੈਗੇ ਹਾਂ ਅਸੀਂ ਸਾਰੇ, ਉਹ ਉਸ ਰਿਸਰਚ 'ਤੇ ਬੇਸਡ ਹੈ। ਅਤੇ ਇਸ ਕਰਕੇ ਉਹਨਾਂ ਦਾ ਯੋਗਦਾਨ ਤਾਂ ਇੱਕ ਇਸੇ ਗੱਲ ਪਿੱਛੇ ਹੀ ਮੂਲ ਹੈਗੀ ਹੈ, ਪਰ ਜਿਹੜੇ ਮੈਂ ਸਮਝ, ਉਹ ਇੱਕੋ ਪਹਿਲੂ ਨਹੀਂ ਰੱਖਦੇ, ਉਹਨਾਂ ਦੀ ਸ਼ਖਸੀਅਤ ਦੇ ਕਈ ਪਹਿਲੂ। ਅਤੇ ਐਜ਼ ਅ ਸਾਇੰਟਿਸਟ ਉਹਨਾਂ ਨੇ ਸਾਨੂੰ ਇਹ ਦੇ ਦਿੱਤੀ, ਬਟ ਐਜ਼ ਅ ਸਿੱਖ ਉਹਨਾਂ ਨੇ ਸਿੱਖ ਫਾਊਂਡੇਸ਼ਨ ਦੀ ਸਥਾਪਨਾ ਕੀਤੀ। ਹਾਂਜੀ, 52 ਈਅਰਸ ਹੋ ਗਏ ਨੇ ਅੱਜ 1967 ਦੇ ਵਿੱਚ। ਉਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਸਿੱਖ ਕਲਾਕ੍ਰਿਤੀਆਂ ਨੇ, ਸਿੱਖ ਆਰਟ ਜਿਹੜਾ ਇੱਕ ਸ਼ਬਦ ਹੈ ਸਿੱਖ ਆਰਟ ਦਾ, ਉਹ ਵੀ ਉਹਨਾਂ ਨੇ ਹੀ ਕੋਇਨ ਕੀਤਾ। ਪਹਿਲਾਂ ਅਸੀਂ ਕੋਈ ਸਿੱਖ ਆਰਟ ਨੂੰ ਇੱਦਾਂ ਕਹਿਣ ਨੂੰ ਕੋਈ ਰਾਜ਼ੀ ਨਹੀਂ ਸੀ। ਅੱਜ ਦੀ ਤਰੀਕ ਦੇ ਵਿੱਚ ਇਹ 30 ਸਾਲਾਂ ਦੇ ਵਿੱਚ ਮੈਂ ਸਮਝਦੀ ਹਾਂ, ਜਦੋਂ ਤੋਂ ਉਹਨਾਂ ਨੇ ਆਪਣੀ ਕਲੈਕਸ਼ਨ ਕਰਨ ਲੱਗੇ, ਮਿਊਜ਼ੀਅਮਸ ਦੇ ਨਾਲ ਕੰਮ ਕਰਨ ਲੱਗੇ ਕਿ ਆਹ ਸਾਡੇ ਕੋਲ ਆਰਟ ਹੈਗੀ, ਤੁਸੀਂ ਡਿਸਪਲੇ ਕਰੋ। ਅਤੇ ਅੱਜ 30 ਸਾਲਾਂ ਬਾਅਦ ਤੁਸੀਂ ਦੇਖੋ ਸਿੱਖ ਆਰਟ ਮਿਊਜ਼ੀਅਮਸ ਦੇ ਵਿੱਚ ਸੈਲੀਬ੍ਰੇਟ ਹੋ ਰਿਹਾ। ਅੱਜ ਦੀ ਤਰੀਕ ਵਿੱਚ ਟ੍ਰਾਈਟਨ ਮਿਊਜ਼ੀਅਮ ਸੈਂਟਾ ਕਲਾਰਾ ਦੇ ਵਿੱਚ ਇਹ ਕੰਟੈਂਪਰਰੀ ਸਿੱਖ ਆਰਟ ਦੀ ਪਹਿਲੀ ਐਗਜੀਬਿਸ਼ਨ ਹੈ ਜਿਹੜੀ ਅਮੈਰੀਕਾ ਦੇ ਵਿੱਚ। ਮੈਂ ਦੇਖਿਆ ਗੋਰੇ ਆਏ, ਉਹਨਾਂ ਨੇ ਸ਼ਿਲਪਕਾਂ ਬਣਾਈਆਂ, ਉਹਨਾਂ ਨੇ ਇਕੱਲੇ ਇਕੱਲੇ ਟੀਚੇ ਦੇ ਕੋਲ ਖੜਕੇ ਔਰ ਵੇ ਸਵਾਲ ਜਵਾਬ ਪੁੱਛੇ ਇੱਕ ਦੂਜੇ ਨਾਲ ਕੀ ਹੋਇਆ। ਇੱਕ ਇਹਦੇ ਨਾਲ ਜਿਹੜੀ ਹੈ ਨਾ, ਮਤਲਬ ਹੇਟ ਕ੍ਰਾਈਮ ਦੇ ਵਿੱਚ ਵੀ ਹੈਲਪ ਹੁੰਦੀ ਹੈ, ਵੀ ਸਿੱਖਾਂ ਬਾਰੇ ਜਾਣਕਾਰੀ ਮਿਲਦੀ ਹੈ ਗੋਰਿਆਂ ਨੂੰ, ਬੜੀ ਹੈਲਪ ਹੁੰਦੀ ਕਮਿਊਨਿਟੀ 'ਚ ਆਪਣੇ। ਹੁਣ ਆਪਾਂ ਕਿੰਨੀ ਦੂਰੋਂ ਆਏ ਹਾਂ ਅਤੇ ਰਹਿ ਰਹੇ ਹਾਂ, ਅਤੇ ਇਹ ਵੀ ਹੈਲਪ ਹੋ ਰਹੀ ਆ। ਅਤੇ ਬਾਕੀ ਮੈਂ ਦੋਨੇ ਪਾਕਿਸਤਾਨ ਅਤੇ ਇੰਡੀਆ ਦੇ ਪੰਜਾਬ ਨੂੰ ਕਹਿਣੀ ਮੰਗਦਾ, ਜਿਹੜੇ ਅੱਜ ਕੱਲ੍ਹ ਫੋਨ ਦੇ ਉੱਤੇ ਵਟਸਐਪ ਦੇ ਉੱਧਰ ਗੱਲ ਕਰਦੇ ਆ, ਉਹ ਡਾਕਟਰ ਸਾਹਿਬ ਦੀ ਦੇਣ ਹੈ। ਜੇ ਉਹ ਨਾ ਕ੍ਰੀਏਟ ਕਰਦੇ, ਅੱਜ ਸਾਡਾ ਵਟਸਐਪ ਨਹੀਂ ਚੱਲਣਾ ਸੀ। ਅਤੇ ਅੱਜ ਤੁਸੀਂ ਬਹੁਤ ਚੰਗੀ ਗੱਲ ਕਹੀ ਹੈ ਕਿ ਜੋ ਕਲਾ ਹੈ, ਆਰਟ ਹੈ, ਉਹ ਕਿਵੇਂ ਤੁਸੀਂ ਉਹਦੇ ਥਰੂ ਆਪਣੀ ਜੋ ਤੁਹਾਡੀ ਹੈਰੀਟੇਜ ਹੈ, ਤੁਹਾਡੀ ਜਿਹੜੀ ਸੰਸਕ੍ਰਿਤੀ ਹੈ, ਤੁਸੀਂ ਉਹਨੂੰ ਬੜੇ ਹੀ ਮਾਣ ਦੇ ਨਾਲ ਸ਼ੇਅਰ ਕਰ ਸਕਦੇ ਹੋ। ਅੱਜ ਦੇ ਜਿਹੜਾ ਆਪਣਾ ਓਪਨਿੰਗ ਸੈਲੀਬ੍ਰੇਸ਼ਨ ਹੋਈ ਹੈ, ਇਹਦੇ ਵਿੱਚ ਮੈਨੂੰ ਦੱਸਿਆ ਗਿਆ ਮਿਊਜ਼ੀਅਮ ਵਾਲਿਆਂ ਨੇ ਕਿ 500 ਬੰਦਾ ਅੱਜ ਆਇਆ।
ਵੈਰੀ ਨਾਈਸ। ਇਹ 500 ਦੇ ਵਿੱਚ ਸਾਰੇ ਆਪਣੇ ਸਿੱਖ ਨਹੀਂ ਸਨ, ਗੋਰੇ ਸੀ ਬਹੁਤ ਸਾਰੇ, ਵਿੱਚ ਸਾਰੀਆਂ ਕਮਿਊਨਿਟੀਜ਼ ਸੀਗੀਆਂ। ਕੋਈ ਪ੍ਰੋਫੈਸਰ ਸੀ, ਕੋਈ ਹੋਰ ਰਾਈਟਰ ਸੀਗੇ, ਕੋਈ ਆਥਰ ਸੀਗੇ, ਡਾਕਟਰਸ, ਜਰਨਲਿਸਟ ਅਤੇ ਆਰਟਿਸਟ ਤਾਂ ਸੀਗੇ ਹੀ ਸੀਗੇ। ਜਿਹੜੇ 9 ਆਰਟਿਸਟ ਸਾਡੇ ਐਗਜੀਬਿਸ਼ਨ ਦੇ ਵਿੱਚ ਨੇ, ਇਹ 6 ਹੋਰ ਆਰਟਿਸਟ ਸੀਗੇ ਜਿਨ੍ਹਾਂ ਦੇ ਆਰਟ ਫੇਅਰ ਉਹਨਾਂ ਨੇ ਲਾਇਆ, ਆਪਣੇ ਪੇਂਟਿੰਗਸ ਲੈ ਕੇ ਆਏ। ਸੋ ਇਹ ਇੱਕ ਮਾਧਿਅਮ ਹੈ ਜਿਹਦੇ ਥਰੂ ਤੁਸੀਂ ਲੋਕਾਂ ਨੂੰ ਜੋੜ ਸਕਦੇ ਹੋ, ਇੱਕ ਇੰਨਾ ਖੂਬਸੂਰਤ ਮਾਧਿਅਮ ਹੈ ਕਿ ਜਿਹਦੇ ਥਰੂ ਤੁਸੀਂ ਮਿਲ ਕੇ ਆਪਸ ਇੱਕ ਦੂਜੇ ਬਾਰੇ ਜਾਣ ਸਕਦੇ ਹੋ, ਤੁਸੀਂ ਐਜੂਕੇਸ਼ਨ ਦੇ ਸਕਦੇ ਹੋ। ਕਈ ਲੋਕਾਂ ਨੂੰ ਸਿੱਖਿਜ਼ਮ ਬਾਰੇ ਜਾਂ ਸਿੱਖਾਂ ਬਾਰੇ ਬਿਲਕੁਲ ਵੀ ਕੁਝ ਜਾਣਕਾਰੀ। ਸੋ ਜਦੋਂ ਉਹ ਮਿਊਜ਼ੀਅਮ 'ਚ ਆਉਂਦੇ ਨੇ, ਉਹ ਬੜੇ ਐਕਚੁਅਲੀ ਇੱਕ ਇਹੋ ਜਿਹੀ ਸਪੇਸ ਹੈਗੀ ਹੈ, ਕਲਚਰਲ ਸਪੇਸ ਹੈ, ਜਿਹਦੇ ਵਿੱਚ ਬੰਦਾ ਬਿਨਾਂ ਕੋਈ ਡਰ ਤੋਂ ਆਉਂਦਾ ਹੈ ਕਿ ਮੈਂ ਕੋਈ ਵੀ ਸਵਾਲ ਪੁੱਛ ਸਕਦਾ, ਕੋਈ ਮੇਰੇ ਨਾਲ ਗੁੱਸੇ ਨਹੀਂ ਹੋਊਗਾ। ਜੇ ਉਹਨਾਂ ਨੂੰ ਉਹ ਕੁਝ ਦੇਖਦੇ ਨੇ, ਉਹ ਕੋਈ ਵਾਲ 'ਤੇ ਉਹਨਾਂ ਨੇ ਸਵਾਲ ਪੁੱਛਿਆ ਸੀ, ਸਾਡੀ ਜਿੰਨੀ ਹੋ ਸਕੀ ਸੀ ਉਹਨਾਂ ਨੂੰ ਜਵਾਬ। ਮੈਂ ਬਾਹਰ ਦੇਖ ਰਿਹਾ ਸੀਗਾ ਜਦੋਂ ਆਪਣੇ ਉਹ ਟਰਬਨ ਬਣਾ ਰਹੇ ਸੀ ਇੱਕ ਲੇਡੀ, ਕਹਿੰਦੀ ਉਹਨੇ ਸਵਾਲ ਕੀਤਾ, ਤੁਸੀਂ ਮੈਨੂੰ ਆਪਣੇ ਇਨਕਮ ਬਾਰੇ ਤਾਂ ਨਹੀਂ ਕਹਿ ਰਹੇ? ਨਹੀਂ ਜੀ, ਨਹੀਂ ਨਹੀਂ, ਕਹਿੰਦੇ ਤੁਸੀਂ ਜਿਹੜਾ ਜੋ ਤੁਸੀਂ ਬਿਲੀਵ ਕਰਦੇ ਤੁਸੀਂ ਉਹ ਹੀ ਆ, ਇਹ ਤੁਸੀਂ ਤੁਹਾਨੂੰ ਦੱਸਿਆ ਟਰਬਨ ਬਣਦੇ ਦਾ ਕੀ ਮਤਲਬ ਆ, ਤੁਹਾਡੇ ਧਰਮ ਬਾਰੇ ਸਾਡਾ ਕੋਈ ਗੱਲਬਾਤ ਨਹੀਂ। ਮੈਨੂੰ ਬੜੀ ਖੁਸ਼ੀ ਹੋਈ, ਉਹਨੇ ਬੜੇ ਪਿਆਰ ਨਾਲ ਸਮਝਾਇਆ ਵੀ ਆਪਣੇ ਨਹੀਂ ਜੀ ਇਸ ਤਰ੍ਹਾਂ ਨਹੀਂ, ਸਾਡਾ ਕੋਈ ਇਹੋ ਜਿਹਾ ਮੁੱਦਾ ਨਹੀਂ ਵੀ ਅਸੀਂ ਕਿਸੇ ਦਾ ਧਰਮ ਕਨਵਰਟ ਕਰੀਏ। ਗੁਰੂ ਨਾਨਕ ਸਾਹਿਬ ਦੀ ਦੇਣ ਸਾਨੂੰ ਸਿਰਫ ਇਹੀ ਮੈਂ ਸਮਝਦੀ ਹਾਂ ਸਭ ਤੋਂ ਬੜੀ ਦੇਣ ਆ ਕਿ ਉਹ ਸਾਂਝੇ ਸਨ, ਸਾਂਝੇ ਸਨ। ਉਹ ਉਹਨਾਂ ਦੀ ਜਿਹੜੀ ਲੇਖੀ ਸੀ, ਉਹਨਾਂ ਦੀ ਜਿਹੜੀ ਜੀਵਨ ਦੀ ਨਿਡਰਤਾ ਸੀ, ਉਹ ਸਾਰਿਆਂ ਤੋਂ ਸਾਰਿਆਂ ਨੂੰ ਇੰਸਪੀਰੇਸ਼ਨ ਦਿੰਦੀ ਹੈ। ਅਤੇ ਇਸ ਪ੍ਰਦਰਸ਼ਨੀ ਦੇ ਰਾਹੀਂ ਵੀ ਅਸੀਂ ਇਹੀ ਯੂਨੀਫਾਈਂਗ ਥੀਮ ਇਹੀ ਸੀਗਾ ਕਿ ਗੁਰੂ ਨਾਨਕ ਸਾਹਿਬ ਦੀ 550th ਬਰਥ ਐਨੀਵਰਸਰੀ ਵੀ ਅਸੀਂ ਕਿਸੇ ਤਰੀਕੇ ਨਾਲ ਅਜਿਹੀ ਤਰੀਕੇ ਨਾਲ ਸੈਲੀਬ੍ਰੇਟ ਕਰੀਏ ਜਿਹਦੇ ਨਾਲ ਅਸੀਂ ਲੋਕਾਂ ਨੂੰ ਜੋੜ ਵੀ ਸਕੀਏ, ਸਿੱਖਾਂ ਨੂੰ ਵੀ ਦੱਸ ਸਕੀਏ ਅਤੇ ਜਿਹੜੇ ਨੋਨ ਸਿੱਖਸ ਨੇ ਉਹਨਾਂ ਨਾਲ ਵੀ ਅਸੀਂ ਸ਼ੇਅਰ ਕਰ ਸਕੀਏ ਕਿ ਉਹਨਾਂ ਦਾ ਮੈਸੇਜ ਕੀ ਸੀ। ਸੋ ਇਹ ਇੱਕ ਗੱਲ ਮੈਂ ਇੱਥੇ ਕਹਿਣਾ ਚਾਹੂੰਗੀ ਕਿ ਬਾਬਾ ਨਾਨਕ 15th ਸੈਂਚਰੀ ਦੇ ਸਭ ਤੋਂ ਕਲਾਸੀਕਲ ਪੋਇਟਸ ਦੇ ਵਿੱਚੋਂ ਸੀਗੇ, ਲੀਡਿੰਗ ਪੋਇਟਸ। ਉਹ ਸਿਰਫ ਪੋਇਟਰੀ ਤਾਂ ਕਰਦੇ ਸੀਗੇ, ਉਹ ਸਿਰਫ ਸਪਿਰਿਚੁਅਲਿਟੀ ਦੇ ਉੱਤੇ ਨਹੀਂ ਲਿਖਦੇ ਸਨ, ਉਹਨਾਂ ਦੀ ਰਾਈਟਿੰਗਸ, ਹਿਸਟਰੀ ਦੇ ਉੱਤੇ, ਪੋਲੀਟੀਕਲ ਕਮੈਂਟਰੀ, ਉਹ ਸਾਰਾ ਕੁਛ ਸੀਗਾ। ਅਤੇ ਜੇ ਕੋਈ ਚਾਹੁੰਦਾ ਸੀਗਾ ਕਿ ਮੈਂ ਪੰਜਾਬ ਦੀ ਹਿਸਟਰੀ ਪੜ੍ਹਾਂ, ਉਹਨਾਂ ਨੂੰ ਗੁਰੂ ਨਾਨਕ ਦੀ ਰਾਈਟਿੰਗਸ ਪੜ੍ਹਨੀਆਂ ਪੈਂਦੀਆਂ, ਕਿਉਂਕਿ ਜਿਹੜੀ ਪੀਪਲਸ ਹਿਸਟਰੀ ਹੈ ਜੋ ਉਹਨਾਂ ਨੇ ਲਿਖਿਆ ਜਦੋਂ ਬਾਬਰ ਬਾਣੀ ਦੇ ਵਿੱਚ, ਜਦੋਂ ਬਾਬਰ ਦੀ ਇਨਵੇਸ਼ਨ ਹੋਈ 15th ਸੈਂਚਰੀ ਵਿੱਚ, ਉਸ ਵੇਲੇ ਤਾਂ ਸਿੱਖ ਸੀਗੇ ਨਹੀਂ, ਅਤੇ ਹਿੰਦੂ ਮੁਸਲਿਮ ਤੁਸੀਂ ਜੋ ਵੀ ਸੀ ਸਾਰੇ ਇੱਕੋ ਜਿਹੇ ਜਿਹੇ ਕਤਲੇਆਮ ਹੋਇਆ, ਸਾਰਿਆਂ 'ਤੇ ਇੱਕੋ ਹੀ ਪੀੜਾ ਪੀਤੀ। ਅਤੇ ਉਹਨਾਂ ਨੇ ਉਹਦੇ ਉੱਤੇ ਨਿਡਰਤਾ ਨਾਲ ਕਮੈਂਟ ਕੀਤਾ ਕਿ ਕੀ ਸਿਚੁਏਸ਼ਨ ਰਹੀ। ਸੋ ਇਸ ਕਰਕੇ ਇਹ ਥੋੜ੍ਹੀ ਬਦਕਿਸਮਤੀ ਹੈ ਸਾਡੀ ਕਿ 1947 ਤੋਂ ਬਾਅਦ ਗੁਰੂ ਨਾਨਕ ਸਿੱਖਿਜ਼ਮ ਦੇ ਨਾਲ ਇੰਨਾ ਬਿਲਕੁਲ ਉਹਦੇ ਨਾਲ ਹੀ ਜੁੜ ਗਏ। ਜਿਹੜੇ ਉਹ ਸਾਂਝੇ ਬਾਬਾ ਨਾਨਕ ਸੀਗੇ, ਉਹ ਵੀ ਬੰਡ ਲਏ। ਅਸੀਂ ਉਸ ਪਹਿਲਾਂ ਸਾਰੇ ਪੜ੍ਹਦੇ ਸਨ, ਸ਼ਾਹਮੁਖੀ ਦੇ ਵਿੱਚ ਵੀ ਉਹਨਾਂ ਦੀਆਂ ਰਾਈਟਿੰਗਸ ਸਨ, ਪਰ ਹੁਣ ਉਹ ਇਹ ਅਨਫੋਰਚੁਨੇਟ ਇੰਸੀਡੈਂਟ। ਅਤੇ ਇਸ ਕਰਕੇ ਜੋ ਅਸੀਂ ਗੁਰੂ ਨਾਨਕ ਦੀ ਕਨਵਰਸੇਸ਼ਨ, ਉਹਨਾਂ ਦਾ ਮੈਸੇਜ, ਉਹਨਾਂ ਦੀ ਲਾਈਫ ਇੱਕ ਕਲਚਰਲ ਸਪੇਸ ਦੇ ਵਿੱਚ ਲੈ ਕੇ ਆਉਂਦੇ ਹਾਂ, ਅਤੇ ਅਸੀਂ ਸਾਰਿਆਂ ਨੂੰ ਫਿਰ ਜੋੜਨ ਦਾ ਇੱਕ ਮਾਧਿਅਮ ਬਣਾ ਸਕਦੇ ਹਾਂ। ਬਈ ਕਿੰਨੀ ਸੋਹਣੀ ਗੱਲ ਕੀਤੀ ਆ, ਦੇਖੋ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਅੰਤਿਮ ਟਾਈਮ 'ਤੇ ਵੀ ਉਹਨਾਂ ਅਸੀਂ ਚਾਦਰ ਵੰਡੀ, ਫਿਰ ਅਸੀਂ ਅੱਗੋਂ ਪੰਜਾਬ ਬਚਿਆ ਅਸੀਂ ਉਹ ਵੰਡਿਆ, ਅਸੀਂ ਵੰਡਦੇ ਤੁਰੇ ਆਉਂਦੇ ਹਾਂ, ਕਦੋਂ ਸਟਾਪ ਕਰਾਂਗੇ? ਅੱਜ ਆਪਣੇ ਕਾਂਗਰਸਮੈਨ ਸਾਹਿਬ ਆਏ ਸੀ, ਉਹਨਾਂ ਨੇ ਤੁਹਾਨੂੰ ਆਪਣੇ ਜੀ ਦੇਖ ਕੇ ਆਏ ਆ, ਇਸ ਤਰੀਕੇ ਨਾਲ ਦੱਸਦੀ ਹੈ ਵੀ ਡਾਕਟਰ ਸਾਹਿਬ ਦੇ ਮਤਲਬ ਵੀ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਮਤਲਬ ਵੀ ਕਿੱਡੀ ਦੂਰ ਤਾਈਂ ਇਹ ਜੀ ਆਪਣੇ, ਤੁਸੀਂ ਦੱਸੋ ਭੈਣ ਜੀ। ਸੋ ਇਹ ਅਸੈਂਬਲੀ ਮੈਂਬਰ ਐਸ਼ ਕਾਲਰਾ ਅੱਜ ਆਏ ਸੀਗੇ ਐਗਜੀਬਿਸ਼ਨ 'ਤੇ, ਉਹਨਾਂ ਨੇ ਦੇਖਿਆ ਅਤੇ ਉਹਨਾਂ ਨੇ ਸਿੱਖ ਫਾਊਂਡੇਸ਼ਨ ਅਤੇ ਟ੍ਰਾਈਟਨ ਮਿਊਜ਼ੀਅਮ ਦੇ ਕਮੈਮੋਰੇਟ ਕਰਨ ਲਈ ਆਹ ਐਗਜੀਬਿਸ਼ਨ, ਕਿਉਂਕਿ ਇੱਕ ਹਿਸਟੋਰਿਕ ਮਾਈਲਸਟੋਨ ਐਗਜੀਬਿਸ਼ਨ ਹੈ ਅਤੇ ਸੈਂਟਾ ਕਲਾਰਾ ਸ਼ਹਿਰ ਦੇ ਵਿੱਚ ਹੋ ਰਹੀ ਹੈ। ਪਹਿਲੀ ਵਾਰੀ ਉਹਨਾਂ ਨੇ ਪਹਿਲੀ ਵਾਰੀ ਅਮੈਰੀਕਾ ਕੰਟੈਂਪਰਰੀ ਸਿੱਖ ਆਰਟ ਟੂ ਬੀ ਡਿਸਪਲੇਡ ਇਸ ਦਾ ਫਸਟ ਟਾਈਮ। ਸੋ ਸਿੱਖਾਂ ਨੂੰ ਹੁਣ ਅਮੈਰੀਕਾ ਦੇ ਵਿੱਚ 130 ਸਾਲ ਤੋਂ ਉੱਪਰ ਹੋ ਗਏ, ਪਰ ਸਾਨੂੰ ਮੈਂ ਸਮਝਦੀ ਹਾਂ ਇੰਨੇ 100 ਸਾਲ ਲੱਗ ਗਏ ਕਿ ਸਾਡੀ ਪਹਿਲੀ ਐਗਜੀਬਿਸ਼ਨ ਵੀ ਕਲਾ ਦੇ ਰਾਹੀਂ ਅਸੀਂ ਸ਼ੇਅਰ ਕਰਦੇ। ਇਸ ਦਿਨ 'ਤੇ ਪਹੁੰਚਣ ਵਾਸਤੇ ਡਾਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ, ਤੁਸੀਂ ਕਿੰਨਾ ਕੰਮ ਕੀਤਾ, ਇਹ ਮਿਹਨਤ ਦਾ ਫਲ ਹੈ ਤੁਹਾਡਾ, ਤੁਹਾਡੀ ਮਿਹਨਤ ਦਾ ਫਲ ਅੱਜ ਮਿਲਿਆ, ਤੁਹਾਡੇ ਮਨ ਨੂੰ ਕਿੰਨੀ ਖੁਸ਼ੀ ਹੋਊਗੀ? ਬਹੁਤ ਬਹੁਤ ਖੁਸ਼ੀ ਹੋਈ, ਪਰ ਇਹ
ਮਿਹਨਤ ਸਾਰਿਆਂ ਨੇ ਕੀਤੀ, ਪੂਰੀ ਟੀਮ ਦੇ ਨਾਲ ਕੰਮ ਹੁੰਦੇ ਨੇ ਇਸ ਲੈਵਲ ਦੇ ਜਿਹੜੇ ਕੰਮ ਨੇ, ਅਤੇ ਪਰ ਇਹ ਜਿਹੜੀ ਮਿਹਨਤ ਸਾਰਿਆਂ ਨੇ ਕੀਤੀ, ਟਾਈਮ ਲਾਇਆ, ਉਹ ਤਦੇ ਫਲ ਪਾਉਂਦੀ ਹੈ ਜੇ ਸ਼ਰੋਤੇ ਹੋ, ਅਤੇ ਜਿਹੜੇ ਅੱਜ 500 ਬੰਦਾ ਜੇ ਆਇਆ ਉਹਨਾਂ ਨੇ ਦੇਖਿਆ, ਮਿਹਨਤ ਸਫਲ ਸਮਝਦੇ ਹਾਂ ਅਸੀਂ ਅੱਜ ਦੇ ਤਰੀਕ ਵਿੱਚ। ਪਰ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ 2 ਮਹੀਨੇ ਹੋਰ ਚੱਲਣੀ ਹੈ ਐਗਜੀਬਿਸ਼ਨ, ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਮੋਮੈਂਟਮ ਨੂੰ ਅਸੀਂ ਬਣਾਈ ਰੱਖੀਏ, ਅਤੇ ਹੋਰ ਜ਼ਿਆਦਾ ਤੋਂ ਜ਼ਿਆਦਾ ਲੋਕ, ਫਰੀ ਐਗਜੀਬਿਸ਼ਨ ਹੈ, ਐਡਮਿਸ਼ਨ ਦਾ ਕੋਈ ਚਾਰਜ ਨਹੀਂ, ਤੁਸੀਂ ਚਾਹੇ 2 ਘੰਟੇ ਲਈ ਆਓ ਚਾਹੇ 4 ਘੰਟਿਆਂ ਲਈ ਆਓ, ਪਲੀਜ਼ ਤੁਸੀਂ ਆ ਕੇ ਸਾਰੇ ਪੰਜਾਬੀ ਲਹਿਰ ਟੀਮ ਇਸ ਤੁਹਾਡੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਆਪਣੇ ਸੋਸ਼ਲ ਮੀਡੀਆ 'ਤੇ ਬ੍ਰੋਡਕਾਸਟ ਕਰੂਗੀ, ਅਤੇ ਲੋਕਾਂ ਨੂੰ ਪਤਾ ਲੱਗੂਗਾ ਵੀ ਜਸਟਨ ਨੇ ਕੀ ਕੀਤਾ, ਤੁਸੀਂ ਕੀ ਕਰ ਰਹੇ ਹਾਂ, ਸਾਡੀ ਭੈਣ ਨੇ ਕੀ ਕੀਤਾ। ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਪੰਜਾਬੀ ਲਹਿਰ ਟੀਮ ਨਾਲ ਗੱਲਬਾਤ ਕਰਦਾ, ਅਤੇ ਸਰੋਤਿਆਂ ਨੂੰ ਪਤਾ ਲੱਗੂ ਵੀ ਜੱਟ ਸਾਹਿਬ ਕੀ ਸੀ, ਉਹਦੀ ਬਦੌਲਤ ਤੁਸੀਂ ਕੀ ਕਰ ਰਹੇ ਹਾਂ, ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਂ ਰਹੂਗਾ। ਮੈਂ ਬਰੋਡਰ ਜੀ, ਥੈਂਕ ਯੂ ਭੈਣ ਜੀ, ਤਾਂ ਸਾਰੇ ਉਹਨਾਂ ਦੇ ਮੋਢਿਆਂ 'ਤੇ। ਇਸ ਇਜ਼ ਅ ਵੈਰੀ ਇੰਪੋਰਟੈਂਟ ਕੁਐਸਚਨ ਦੈਟ ਯੂ ਹੈਵ ਔਰ ਇਸ਼ੂ ਦੈਟ ਯੂ ਹੈਵ ਰੇਜ਼ਡ। ਵੀ ਇਨ ਦਿਸ ਪਰਟੀਕੁਲਰ ਐਕਸਪ੍ਰੈਸ਼ਨਸ ਆਫ ਡਿਵਿਨਿਟੀ ਸ਼ੋਅ, ਵੀ ਹੈਡ 9 ਡਿਫਰੈਂਟ ਆਰਟਿਸਟਸ ਐਗਜ਼ਿਬਿਟਿੰਗ। 3 ਆਫ ਦੀਜ਼ ਆਰਟਿਸਟ ਵਰ ਫਰੋਮ ਇੰਡੀਆ, ਅਰਪਨਾ ਕੌਰ, ਦਵਿੰਦਰ ਸਿੰਘ ਐਂਡ ਸੁਮੀਤ ਸਿੰਘ। ਬਟ ਫਰੋਮ ਦ ਬੇ ਏਰੀਆ ਵੀ ਹੈਡ 4 ਆਰਟਿਸਟ ਹੂ ਵਰ ਲੋਕਲ ਆਰਟਿਸਟ ਹੇਅਰ, ਐਂਡ ਦੇਰ ਵਾਜ਼ 1 ਕੈਨੇਡੀਅਨ ਆਰਟਿਸਟ ਕੀਰਤ ਕੌਰ। ਨਾ ਦ ਵਰਕਸ ਆਫ ਦ ਬੇ ਏਰੀਆ ਆਰਟਿਸਟਸ ਔਰ ਦੀ ਅਮੈਰੀਕਨ ਆਰਟਿਸਟ ਹੇਅਰ ਇਜ਼ ਰੂਪੀ ਟੱਟ, ਹੂਜ ਵਰਕ ਇਜ਼ ਵੈਰੀ ਵੈਰੀ ਡੀਪ, ਵੈਰੀ ਇਟਸ ਕੰਟੈਂਪਰਰੀ ਆਈਡੈਂਟਿਟੀ, ਹਾਊ ਸ਼ੀ ਇਜ਼ ਮਾਇੰਡ ਦ ਪਾਸਟ, ਸ਼ੀ ਇਜ਼ ਬਰੋਟ ਇਨ ਦ ਹਿਸਟੋਰੀਕਲ ਬੈਕਗਰਾਊਂਡ and brought it to have meaningful in today in the modern world, in the contemporary relations. Then there was Rupi Kaloti, her lived life as a young artist growing up here in the Bay Area in San Jose, going to the San Jose Gurdwara, the Khalsa school there, her experiences she shared, because her connection to her heritage is through her parents and the values that her parents have given, and those are the portraits that she has made for this particular exhibit. Then we have Sarabjit Singh, whose colors, whose paintings are imbued with the colors of Guru Nanak. Tanya Momi also, her works is kind of focuses, I would say, on the gender equality which Guru Nanak did emphasize. So her painting was on a woman's subject. So these are 4 artists who are local artists, and we are very happy and grateful also for the Tripin Museum to have given us this platform, and for our artists to be able to be included in these public spaces in the US. So if we can have more and more of these shows, if you're an artist, we would please reach out to the Sikh Foundation. Our website is sikhfoundation.org. Sikh Foundation is one word. We are also on social media. We are on Twitter, we are on Instagram and Facebook. The handle is the Sikh Foundation. You can email us at info@sikhfoundation.org, and do get in touch with us, reach out to us if we have you on record. So whenever there are future possibilities, we will definitely get in touch. And we're always happy to share your work on our social media, even regularly. So if you share that, we will be happy to do that. Thank you, Penji. ਤੁਹਾਡਾ ਟਾਈਮ ਕੱਢਣ ਦਾ ਜੀ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ।